ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਆਹ ਅੱਜ ਘਟਨਾ ਸੈਂਟ ਫਰਾਂਸਿਸ ਸਕੂਲ ਦੀ ਹੈ, ਜਿੱਥੇ ਆਹ ਵੇਖੋ ਸਕਿਉਰਟੀ ਗਾਰਡ ਦੇ ਉੱਤੇ ਗੇਟ ਡਿੱਗ ਪਿਆ ਹੈ। ਤਕਰੀਬਨ 20 ਤੋਂ 25 ਫੁੱਟ ਲੰਬਾ ਗੇਟ ਆ ਜਿਹੜਾ ਥੱਲੇ ਆ ਗਿਆ, ਸਕਿਉਰਟੀ ਗਾਰਡ ਥੱਲੇ ਆ ਗਿਆ। ਜੇ ਅੱਜ 10-12 ਬੱਚੇ ਥੱਲੇ ਆਏ ਹੁੰਦੇ ਤੇ ਇਹਨਾਂ ਦਾ ਜ਼ਿੰਮੇਵਾਰ ਕੌਣ ਸੀ? ਆਹ ਸਪੀਕਰ ਲੈ ਗਏ ਆ ਉਹਨੂੰ ਲੱਦ ਕੇ ਗੱਡੀ ਦੇ ਉੱਤੇ, ਆਪਦਾ ਬਲੈਡ ਜੇ ਉਹਨੂੰ ਗੱਡੀ ਦੇ ਉੱਤੇ ਲੱਦ ਕੇ ਹੋਸਪਿਟਲ ਦੇ ਵਿੱਚ ਲੈ ਗਏ ਆ। ਤੇ ਆਹ ਗੇਟ ਜੇ ਆ 20 ਫੁੱਟ ਲੰਬਾਈ ਜੇ ਗੇਟ ਦੀ, 20 ਫੁੱਟ ਤੇ 25 ਫੁੱਟ ਲੰਬਾਈ ਜੇ ਜਿਹੜਾ ਆ ਗੇਟ ਥੱਲੇ ਡਿੱਗਾ ਵਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਆਹ ਅੱਜ ਘਟਨਾ ਸੈਂਟ ਫਰਾਂਸਿਸ ਸਕੂਲ ਦੀ ਹੈ, ਜਿੱਥੇ ਆ ਵੇਖੋ ਸਕਿਉਰਟੀ ਗਾਰਡ ਦੇ ਉੱਤੇ ਗੇਟ ਡਿੱਗ ਪਿਆ ਹੈ। ਤਕਰੀਬਨ 20 ਤੋਂ 25 ਫੁੱਟ ਲੰਬਾ ਗੇਟ ਆ ਜਿਹੜਾ ਥੱਲੇ ਆ ਗਿਆ, ਸਕਿਉਰਟੀ ਗਾਰਡ ਥੱਲੇ ਆ ਗਿਆ। ਜੇ ਅੱਜ 10-12 ਬੱਚੇ ਥੱਲੇ ਆਏ ਹੁੰਦੇ ਤੇ ਇਹਨਾਂ ਦਾ ਜ਼ਿੰਮੇਵਾਰ ਕੌਣ ਸੀ? ਆਹ ਸਪੀਕਰ ਲੈ ਗਏ ਆ ਉਹਨੂੰ ਲੱਦ ਕੇ ਗੱਡੀ ਦੇ ਉੱਤੇ, ਆਪਦਾ ਬਲੈਡ ਜੇ ਉਹਨੂੰ ਗੱਡੀ ਦੇ ਉੱਤੇ ਲੱਦ ਕੇ ਹੋਸਪਿਟਲ ਦੇ ਵਿੱਚ ਲੈ ਗਏ ਆ। ਤੇ ਆਹ ਗੇਟ ਜੇ ਆ 20 ਫੁੱਟ ਲੰਬਾਈ ਜੇ ਗੇਟ ਦੀ, 20 ਫੁੱਟ ਤੇ 25 ਫੁੱਟ ਲੰਬਾਈ ਜੇ ਜਿਹੜਾ ਆ ਗੇਟ ਥੱਲੇ ਡਿੱਗਾ ਵਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਆਹ ਅੱਜ ਘਟਨਾ ਸੈਂਟ ਫਰਾਂਸਿਸ ਸਕੂਲ ਦੀ ਹੈ, ਜਿੱਥੇ ਆ ਵੇਖੋ ਸਕਿਉਰਟੀ ਗਾਰਡ ਦੇ ਉੱਤੇ ਗੇਟ ਡਿੱਗ ਪਿਆ ਹੈ। ਤਕਰੀਬਨ 20 ਤੋਂ 25 ਫੁੱਟ ਲੰਬਾ ਗੇਟ ਆ ਜਿਹੜਾ ਥੱਲੇ ਆ ਗਿਆ, ਸਕਿਉਰਟੀ ਗਾਰਡ ਥੱਲੇ ਆ ਗਿਆ। ਜੇ ਅੱਜ 10-12 ਬੱਚੇ ਥੱਲੇ ਆਏ ਹੁੰਦੇ ਤੇ ਇਹਨਾਂ ਦਾ ਜ਼ਿੰਮੇਵਾਰ ਕੌਣ ਸੀ? ਆਹ ਸਪੀਕਰ ਲੈ ਗਏ ਆ ਉਹਨੂੰ ਲੱਦ ਕੇ ਗੱਡੀ ਦੇ ਉੱਤੇ, ਆਪਦਾ ਬਲੈਡ ਜੇ ਉਹਨੂੰ ਗੱਡੀ ਦੇ ਉੱਤੇ ਲੱਦ ਕੇ ਹੋਸਪਿਟਲ ਦੇ ਵਿੱਚ ਲੈ ਗਏ ਆ। ਤੇ ਆਹ ਗੇਟ ਜੇ ਆ 20 ਫੁੱਟ ਲੰਬਾਈ ਜੇ ਗੇਟ ਦੀ, 20 ਫੁੱਟ ਤੇ 25 ਫੁੱਟ ਲੰਬਾਈ ਜੇ ਜਿਹੜਾ ਆ ਗੇਟ ਥੱਲੇ ਡਿੱਗਾ ਵਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਆਹ ਅੱਜ ਘਟਨਾ ਸੈਂਟ ਫਰਾਂਸਿਸ ਸਕੂਲ ਦੀ ਹੈ, ਜਿੱਥੇ ਆ ਵੇਖੋ ਸਕਿਉਰਟੀ ਗਾਰਡ ਦੇ ਉੱਤੇ ਗੇਟ ਡਿੱਗ ਪਿਆ ਹੈ। ਤਕਰੀਬਨ 20 ਤੋਂ 25 ਫੁੱਟ ਲੰਬਾ ਗੇਟ ਆ ਜਿਹੜਾ ਥੱਲੇ ਆ ਗਿਆ, ਸਕਿਉਰਟੀ ਗਾਰਡ ਥੱਲੇ ਆ ਗਿਆ। ਜੇ ਅੱਜ 10-12 ਬੱਚੇ ਥੱਲੇ ਆਏ ਹੁੰਦੇ ਤੇ ਇਹਨਾਂ ਦਾ ਜ਼ਿੰਮੇਵਾਰ ਕੌਣ ਸੀ? ਆਹ ਸਪੀਕਰ ਲੈ ਗਏ ਆ ਉਹਨੂੰ ਲੱਦ ਕੇ ਗੱਡੀ ਦੇ ਉੱਤੇ, ਆਪਦਾ ਬਲੈਡ ਜੇ ਉਹਨੂੰ ਗੱਡੀ ਦੇ ਉੱਤੇ ਲੱਦ ਕੇ ਹੋਸਪਿਟਲ ਦੇ ਵਿੱਚ ਲੈ ਗਏ ਆ। ਤੇ ਆਹ ਗੇਟ ਜੇ ਆ 20 ਫੁੱਟ ਲੰਬਾਈ ਜੇ ਗੇਟ ਦੀ, 20 ਫੁੱਟ ਤੇ 25 ਫੁੱਟ ਲੰਬਾਈ ਜੇ ਜਿਹੜਾ ਆ ਗੇਟ ਥੱਲੇ ਡਿੱਗਾ ਵਾ।